ਉਹ ਬੱਲੇ ਬੱਲੇ ਬਿਸ਼ਨ ਸਿਆ, ਆ ਜਾ ਬਹਿ ਜਾ ਘੜੀ। ਓਏ ਕਿੱਦਾਂ ਜੁਗੜੂ? ਵਧੀਆ ਵਧੀਆ ਬਿਸ਼ਨ ਸਿਆ, ਗੁਰਦੁਆਰੇ ਚੱਲਿਆ? ਗੁਰਦੁਆਰੇ ਲਾ ਲਾ ਤੂੰ, ਮਹਾਰਾਜ ਦੇ ਦਰਸ਼ਨ ਕਿਹੜਾ ਨੀ ਕਰਨਾ ਚਾਹੁੰਦਾ? ਬਿਲਕੁਲ ਬਿਲਕੁਲ, ਮੱਥਾ ਟੇਕਣਾ ਚਾਹੀਦਾ। ਹੋਰ ਸੁਣਾ ਕਿੱਦਾਂ? ਬਸ ਵਧੀਆ ਵਧੀਆ, ਤੂੰ ਸੁਣਾ ਠੀਕ ਠਾਕ ਹੈ? ਘਰਦੀ ਨੇ ਘਰੋਂ ਕੱਢਤਾ? ਉਹ ਨਹੀਂ, ਸ਼ੁਭ ਸ਼ੁਭ ਬੋਲਿਆ ਕਰ, ਕਿਹੜੀਆਂ ਗੱਲਾਂ ਕਰਦਾ ਤੂੰ? ਇਸ ਉਮਰੇ ਹੁਣ ਘਰੋਂ ਕੱਢੇਗੀ ਕਿਤੇ? ਆਹ ਹੁਣ ਜਾਣਾ ਵੀ ਨਹੀਂ ਚਾਹੀਦਾ ਘਰੋਂ, ਆਪਾਂ ਆਪ ਵੀ ਕਿੱਥੇ ਜਾਣਾ ਇਸ ਉਮਰੇ? ਤੇ ਉਹ ਪਾੜਾ ਆ ਗਿਆ ਆਪਣਾ ਚੰਡੀਗੜ੍ਹੋਂ? ਉਹ ਮੁੰਡਾ, ਮੁੰਡੇ ਨੂੰ ਤਾਂ ਡੀਕਣਾ ਆ, ਜਦੋਂ ਆ ਗਿਆ ਤੇ ਫਿਰ ਆਪਾਂ ਉਹਦਾ ਵਿਆਹ ਰੱਖਣਾ। ਆਹੋ, ਤੇ ਮੈਂ ਵੀ ਇਹੀ ਸੋਚਣ ਡਿਆ ਵੀ ਮੁੰਡਾ ਮੈਂ ਵੀ ਵਿਆਹਣਾ, ਤੇ ਮੈਂ ਕਿਹਾ ਪਹਿਲਾਂ ਤੇਰੇ ਮੁੰਡੇ ਦਾ ਵਿਆਹ ਵੇਖ ਲਈਏ, ਉਦੋਂ ਬਾਅਦ ਮੇਰੇ ਦਾ ਵੇਖ ਲਾਂਗੇ ਫਿਰ ਆਪਾਂ। ਚਲੋ ਜੀ, ਜਿਵੇਂ ਮਹਾਰਾਜ ਨੇ ਕਾਰਜ ਪੂਰੇ ਕਰਨੇ ਉੱਦਾਂ ਹੋ ਜਾਣਗੇ। ਵੈਸੇ ਮੇਰੀਆਂ ਰੀਝਾਂ ਬੜੀਆਂ ਕਿ ਮੁੰਡਾ ਆਊਗਾ ਤੇ ਉਹਦਾ ਵਿਆਹ ਕਰਾਂਗੇ, ਗੱਜ ਵੱਜ ਕੇ ਭੰਗੜੇ ਪਾਵਾਂਗੇ। ਹੁਣ ਤੈਨੂੰ ਪਤਾ ਚਾਚੀ ਤੇਰੀ ਤਾਂ ਹੈ ਨਹੀਂ ਦੁਨੀਆ 'ਚ, ਬਸ ਇਹੀ ਆ ਵੀ ਹੁਣ ਮੁੰਡੇ ਦੀ ਜ਼ਿੰਮੇਵਾਰੀ ਮੇਰੇ ਇਕੱਲੇ 'ਤੇ ਪੈ ਗਈ। ਪਰ ਜ਼ਿੰਦਗੀ ਦੇ ਇਹ ਜਿਹੜੇ ਉਤਰਾਅ ਚੜ੍ਹਾਅ ਨਾ, ਇਹ ਵੀ ਇੱਦਾਂ ਚੱਲਦੇ ਰਹਿੰਦੇ ਆ। ਉਹ ਚੱਲ ਕੋਈ ਨਹੀਂ, ਮਨ ਹਾਲਾ ਕਰ, ਕੋਈ ਨਹੀਂ, ਤੂੰ ਗੱਜ ਚੱਲਿਆ, ਆਪਾਂ ਗੱਜ ਵੱਜ ਕੇ ਕਰਾਂਗੇ ਵਿਆਹ ਮੁੰਡੇ ਦਾ। ਨਹੀਂ, ਇੰਨਾ ਵੀ ਆਪਾਂ ਜ਼ਿਆਦਾ ਧੂਮ ਧੜੱਕਾ ਨਹੀਂ ਕਰਨਾ, ਵਿਆਹ ਕਰਨਾ ਸਾਦਾ। ਮੇਰੀ ਗੱਲ ਸੁਣ, ਪਹਿਲਾਂ ਮੇਰੀ ਸੁਣ ਲਿਆ ਕਰ। ਹੁਣ ਖਾ ਕੇ ਤੇ ਖਵਾਉਣ ਨੂੰ ਡਰਦਾ ਹੁਣ? ਓਏ ਓ ਗੱਲ ਸੁਣ, ਦੇਖ, ਵਿਆਹ ਜ਼ਿੰਦਗੀ 'ਚ ਸਾਦਾ ਕਰਨਾ ਚਾਹੀਦਾ, ਕੁੜੀ ਵਾਲਿਆਂ 'ਤੇ ਭਾਰ ਨਹੀਂ ਪਾਉਣਾ ਚਾਹੀਦਾ। ਉਹ ਵੀ ਕਿਸੇ ਦੀ ਧੀ ਦਿਹਾੜੀ ਆਪਾਂ ਵਿਆਹ ਕੇ ਲਿਆਉਣੀ ਆ, ਐਵੇਂ ਅਗਲੇ ਦਾ ਝੁੱਗਾ ਚੌੜ ਕਰਾ ਜਾਓ? ਗੱਲ ਗਲਤ ਹੈ ਨਾ? ਤੂੰ ਉੱਧਰ ਨਾ ਜਾ, ਉੱਧਰ ਬਰਾਤ ਹਿਸਾਬ ਦੀ ਲੈ ਜਾ, ਪਰ ਘਰੇ ਮੁਰਗੇ ਸ਼ੁਰਗੇ ਕੁੱਕੜ। ਓ ਯਾਰ, ਮੈਨੂੰ ਸਮਝ ਨਹੀਂ ਆਉਂਦੀ, ਸਾਰਾ ਪਿੰਡ ਮੇਰੇ ਕੋ ਕਿਉਂ ਆਸ ਰੱਖੀ ਫਿਰਦਾ ਮੁਰਗੇ ਖਾਣੇ ਬੱਕਰੇ ਖਾਣੇ? ਤੈਨੂੰ ਪਤਾ ਵੀ ਮੈਂ ਨਾ ਪੀਵਾਂ ਦਾਰੂ ਤੇ ਨਾ ਮੁਰਗਾ ਖਾਵਾਂ, ਪਰ ਤੂੰ ਤਾਂ ਵੇਖ ਸਾਰੇ ਵਿਆਹਾਂ 'ਚ ਲੋਕਾਂ ਘਰੋਂ ਖਾਧੇ ਨਾ, ਤਾਂ ਖਵਾਉਣੇ ਤਾਂ ਤੈਨੂੰ ਪੈਣੇ ਨੇ। ਜੇ ਭੂਤੜੀ ਜਿਹਾ ਜੇ ਤੂੰ ਖਾਣੇ ਨਹੀਂ ਤੇ ਤੂੰ ਕਿਉਂ ਹਾਮੀ ਭਰ ਲਿਆ ਵੀ ਮੁਰਗੇ ਖਵਾਏਗਾ? ਮੈਂ ਉਹ ਨਾ ਦੋ ਤਿੰਨ ਸਟਾਲ ਜੇ ਲਾਉਣੇ, ਘਟਾ ਟਿੱਕੀ ਤੇ ਕੋ ਕੀ ਉਹ ਮਲੱਪ ਜੇ ਜਿਹੜੇ ਹੁੰਦੇ ਗਡੋਏ ਜੇ, ਆਹੋ ਨੂਡਲ, ਮੈਂ ਉਹ ਜ਼ਰੂਰ ਖਾਣਾ ਹੀ, ਖਾਲੀ ਖਾਲੀ। ਵੈਸੇ ਵੀ ਤੇਰਾ ਮੂੰਹ ਗੰਡੋਏ ਖਾਣ ਵਾਲਾ ਹੀ ਆ। ਨਹੀਂ ਨਹੀਂ, ਵੈਸੇ ਮੈਂ ਗੱਲ ਕੀਤੀ ਆ, ਨਹੀਂ ਨਹੀਂ ਮੈਂ ਲਵਾਂਗੀ, ਉਹ ਵੀ ਲਵਾ ਦੀ, ਉਹ ਬੁੱਢੀ ਮਾਈ ਦਾ ਝਾਟਾ ਹੀ ਆ। ਨਹੀਂ ਨਹੀਂ, ਉਹ ਨਹੀਂ ਹੋਣੀ, ਉਹ ਤਾਂ ਆਪਣਾ ਉਹਦਾ ਬਣ ਜਾਣਾ ਸਾਗ ਨੂੰ, ਨਹੀਂ ਉਹ ਨਹੀਂ ਲਾਉਣਾ ਆਪਾਂ, ਉਹ ਬੱਚੇ ਬੁੱਚੇ ਖਾ ਲੈਂਦੇ ਨੇ ਉਹ। ਬਾਕੀ ਨਾ ਵਿਆਹ ਪੂਰਾ ਆਪਾਂ ਗੱਜ ਕੇ ਕਰਨਾ ਹੀ, ਮੇਰੀ ਗੱਲ ਸੁਣ ਲਾ, ਇਹ ਨਾ ਵੀ ਤੂੰ ਮੈਨੂੰ ਬਾਅਦ 'ਚ ਵਿਆਹ 'ਤੇ ਬੁਲਾਵੇ ਨਾ, ਅਤੇ ਬਾਅਦ 'ਚ ਮੈਂ ਵੀ ਕਰਨਾ ਮੁੰਡੇ ਦਾ, ਫਿਰ ਮੈਂ ਨਹੀਂ ਬੁਲਾਉਣਾ ਤੈਨੂੰ। ਤੂੰ ਮੈਨੂੰ ਨਾ ਬੁਲਾਈ, ਪਰ ਜਿਹੜੀਆਂ ਤੂੰ ਫਰਮਾਇਸ਼ਾਂ ਦੱਸਣ ਡਿਆ, ਮੈਂ ਚਾਹੁੰਦਾ ਤੈਨੂੰ ਨਾ ਹੀ ਬੁਲਾਵਾਂ। ਯਾਰ ਤੂੰ ਹੁਣ ਮੈਨੂੰ ਕਿਹਦੀ ਕਹਿੰਦਾ ਨੂਡਲ ਖਾਣੇ, ਕਿਹਦੀ ਕਹਿੰਦਾ ਟਿੱਕੀਆਂ ਖਾਣੀਆਂ, ਇਹ ਤਾਂ ਵਿਆਹ 'ਚ ਹੁੰਦੀਆਂ ਹੀ ਆ, ਪਰ ਮੁਰਗੇ ਮਰਗਿਆਂ ਦਾ ਕੀ ਲੋੜ ਆ? ਤਾਂ ਮੁਰਗੇ ਤਾਂ ਮੈਂ ਲੋਕਾਂ ਬਾਰੇ, ਚੱਲ ਲੋਕਾਂ ਬਾਰੇ ਬੜਾ ਸੋਚਦਾ ਤੂੰ, ਮੇਰੇ ਆਪਣੀ ਯਾਰ ਬਾਰੇ ਸੋਚ, ਮੇਰਾ ਕੋਈ ਝੁੱਗਾ ਚੌੜ ਕਰਾਉਣ ਡਿਆ? ਮੈਨੂੰ ਤਾਂ ਖਵਾ ਦੇਗਾ ਨਾ ਫਿਰ ਨੂਡਲ, ਆਪਾਂ ਲੋਕਾਂ ਨੂੰ ਕਹਾਂਗੇ ਬਣਾਉਣਾ ਹੀ ਕੁਛ ਨਹੀਂ। ਨਹੀਂ ਮੁੰਡੇ, ਇਕੱਲਾ ਇਕੱਲਾ ਮੁੰਡਾ, ਕੁਛ ਤਾਂ ਕੁਛ ਕਰੂੰਗਾ ਮੈਂ, ਪਰ ਥੋੜ੍ਹਾ ਜਿਹਾ ਸਾਦਾ ਵਿਆਹ ਕਰੀਏ ਚੰਗਾ। ਮੈਂ ਚਾਹੁੰਦਾ ਕਿ ਸਾਦੇ ਵਿਆਹ 'ਚ ਨਾਲ ਦੀ ਰੀਸ ਨਹੀਂ ਕੋਈ ਵੀ। ਅਤੇ ਮੈਂ ਫਿਰ ਐਂ ਕਹਿੰਦਾ ਤੂੰ ਦੇਖ ਲਾ ਦੇ ਚੌਲਾਂ ਦੀ ਤੇ ਬਰਾ ਚੜ੍ਹ ਜਾਂਦੇ ਆ, ਸਾਦਾ ਫਿਰ ਇਹੀ ਹੋਵੇਗਾ, ਹੋਰ ਕੀ ਹੋਵੇਗਾ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਉਪਾਸਨਾ ਸਿੰਘ, ਚਾਚਾ ਵਿਸ਼ਨਾ ਟੀਵੀ ਚੈਨਲ ਤੇ ਵੇਖੋ ਚਾਚਾ ਵਿਸ਼ਨਾ ਦੀ ਕਾਮੇਡੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਸਾਜ। ਸੋ ਗਾਇਸ, ਚਾਚਾ ਵਿਸ਼ਨਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ, ਸ਼ੇਅਰ ਕਰੋ, ਵਧੀਆ ਵਧੀਆ ਕਮੈਂਟ ਕਰੋ ਤੇ ਬਹੁਤ ਘੈਂਟ ਵੀਡੀਓਜ਼ ਦੇਖਣ ਲਈ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡੀ ਆਪਣੀ ਅੰਕਿਤਾ, ਤੇ ਚਾਚਾ ਵਿਸ਼ਨਾ ਟੀਵੀ ਚੈਨਲ ਤੇ ਵੇਖੋ ਚਾਚਾ ਵਿਸ਼ਨਾ ਦੀ ਕਾਮੇਡੀ।